पिछले कई दिनों तो पै रही अति गर्मी तो राहत मिली है क्योंकि पिछले दो दिनों तो बारिश हो रही है जिस दे नाल मौसम सुहावना हो गया। अमृतसर की जेकर गल करिए अज अमृतसर मौसम का मिजाज काफी बदलिया होया दिखिया। काले बदलों के नाल हनेरा छाया होया सी, बारिश के नाल लोगों नू जिथे राहत मिली है उथे ही श्री दरबार साहिब विखे नतमस्तक होण पहुंची संगत देवी चेहरे खिले हुए सन क्योंकि कई दिनों तो अत की गर्मी कारण हर कोई परेशान हो रहा सी। हुण जदों संगतां गुरुद्वारा साहिब विखे नतमस्तक होण पहुंचियां तां अगों मौसम ने जो मिजाज बदलिया उस दे नाल हर कोई जिथे खुश सी उथे ही इस ठंडे मौसम का आनंद भी मान रहा सी। मेरा नाम जी गुरप्यार सिंह जी, गुरप्यार सिंह जी नाम मेरा। बहुत खुशी है जी, गल है जी बाली ज़्यादा गर्मी सी, सारे बच्चे बीमार होते सीते आगे सबू दवाई दवाई पाती सी, वधिया बहुत ज़्यादा वधिया गल है जी, बारिश पै गई। ਨਾਮ ਦੱਸ ਕੇ ਵਰਿੰਦਰ ਸਿੰਘ ਜੀ, ਕਿੱਥੋਂ ਆਏ ਜੀ? ਲੁਧਿਆਣਾ ਤੋਂ। ਬੜੀ ਚਿਰ ਹੋ ਗਿਆ ਜੀ ਗਰਮੀ ਪੈ ਰਹੀ ਹੈ, ਕੀ ਕਹਿਣਾ ਚਾਹੋਗੇ ਬਾਰਿਸ਼ ਨੂੰ? ਬਹੁਤ ਚਿਰ ਦੀ ਗਰਮੀ ਪੈ ਰਹੀ ਹੈ ਜੀ, ਬੱਚੇ ਵੀ ਬਹੁਤ ਤਰਸ ਰਹੇ ਹੈ, ਜੀ ਜਾਤ ਸਭ ਕੁਛ ਤਰਸ ਰਹੇ ਹੈ, ਇਸ ਕਰਕੇ ਹੁਣ ਮੌਸਮ ਠੰਡਾ ਹੋ ਗਿਆ। ਬਹੁਤ ਵਧੀਆ ਗੱਲ ਹੋ ਗਈ, ਮਹਾਰਾਜ ਨੇ ਕਿਰਪਾ ਕੀਤੀ, ਸਤਿਗੁਰ ਨੇ ਗੁਰੂ ਰਾਮਦਾਸ ਨੇ ਇਹ ਕਿਰਪਾ ਕੀਤੀ ਹੈ ਜੀ। ਹਾਂਜੀ, ਅਤੇ ਤਾਂ ਹੁਣ ਬੱਚੇ ਮਹਾਰਾਜ ਜ਼ਿਆਦਾ ਸਾਹ ਆਉਣ ਲੱਗਿਆ, ਨਹੀਂ ਤਾਂ ਗਰਮੀ ਬਹੁਤ ਤੇਜ਼ ਸੀ ਜੀ। ਹੁਣ 30 degrees ਤੋਂ ਘੱਟ ਗਿਆ ਤਾਪਮਾਨ ਜੀ, ਇਸ ਤਰ੍ਹਾਂ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਬਸ ਮੌਸਮ ਠੀਕ ਰੱਖੇ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਕੇ। ਸਰਤੋਪ ਸਿੰਘ ਹੈ ਜੀ। ਸਰ ਬੜੇ ਚਿਰ ਹੋ ਗਿਆ ਗਰਮੀ ਪੈ ਰਹੀ ਸੀ, ਟੈਂਪਰੇਚਰ 45 to 43 ਸੀਗਾ, ਅੱਜ ਕਿੰਨਾ ਕੁ ਰਾਹਤ ਮਿਲੀ ਬਾਰਿਸ਼? ਬਹੁਤ ਵਧੀਆ ਜੀ, ਅੱਜ ਬਹੁਤ ਵਧੀਆ ਮੌਸਮ ਹੈ, ਠੰਡਾ ਮੌਸਮ ਹੈ, ਬਹੁਤ ਵਧੀਆ ਗੁਰੂ ਘਰ ਆਏ ਹਾਂ, ਬਹੁਤ ਪਿਆਰਾ ਮੌਸਮ ਅੱਜ। ਮੈਨੂੰ ਲੱਗਦਾ ਵੀ ਅੱਜ ਬਾਰਿਸ਼ ਪਈ, ਰਾਤ ਮਿਲੀ ਬਾਰਿਸ਼ ਪਈ ਆ, ਰਾਹਤ ਮਿਲੀ। ਹਾਂਜੀ ਰਾਹਤ ਮਿਲੀ ਬਹੁਤ ਜ਼ਿਆਦਾ। ਹਾਂਜੀ ਆਪਣਾ ਨਾਮ ਦੱਸ ਕੇ ਜੀ, ਆਪਾਂ ਨਿਕਲ ਸਕਦੇ। ਮੇਰਾ ਨਾਮ ਕੁਲਦੀਪ ਸਿੰਘ ਹੈ ਜੀ, ਅੰਮ੍ਰਿਤਸਰ ਦੇ ਵਾਸੀ। ਅੱਜ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਤੋਂ ਹੀ ਬਾਰਿਸ਼ ਦੇ ਆਨੰਦ ਲਾਏ ਹੋਏ ਹਨ। ਬੜੀ ਗਰਮੀ ਸੀ, ਗਰਮੀ ਤੋਂ ਰਾਹਤ ਦਿੱਤੀ ਹੈ, ਕਿਤੇ 45-47 ਆਪਣਾ ਟੈਂਪਰੇਚਰ ਜਾ ਰਿਹਾ ਸੀ, ਬੱਚੇ ਬੁੱਢੇ ਜਵਾਨ ਸਭ ਤਰ੍ਹਾਂ ਤਰ੍ਹਾਂ ਕਰ ਰਹੇ ਸਨ ਗਰਮੀ ਤੋਂ। ਗਰਮੀ ਦੀਆਂ ਲੂਆਂ, ਗਰਮ ਹਵਾਵਾਂ ਸਿਹਤਾਂ ਨੂੰ ਖਰਾਬ ਕਰ ਰਹੀਆਂ ਸਨ। ਅੱਜ ਪਾਤਸ਼ਾਹ ਨੇ ਬੜੀ ਮਹਾਨ ਬਖਸ਼ਿਸ਼ ਕਰਕੇ, ਮੇਘ ਨੂੰ ਕੁਰਬਾਨ ਕਰਕੇ ਬਾਰਿਸ਼ ਲਾਈ ਹੈ। ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ ਹੈ, ਆਈਆਂ ਸਮੂਹ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਈਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਤੋਂ ਮਨਜਿੰਦਰ ਸਿੰਘ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਹਰ ਖਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।